ਸਾਥੀਓ, ਤੁਹਾਡੀ ਮੰਗਾਂ ਦੀ ਸੰਬੰਧਿਤ ਪੈਨਲ ਮੀਟਿੰਗ ਜਿਹੜੀ ਹੈ ਉਹ ਉੱਪਰੋਂ ਜਿਹੜੀ ਹੈਗੀ ਸਵੀਕਾਰ ਕਰ ਲਈ ਗਈ ਹੈ। ਸੋ ਪੈਨਲ ਮੀਟਿੰਗ ਜਿਹੜੀ ਸਬ ਕਮੇਟੀ ਦੀ ਮਾਨਯੋਗ ਐਫ ਐਮ ਸਾਹਿਬ ਨਾਲ ਅਤੇ ਮਾਨਯੋਗ ਅਮਰ ਅਰੋੜਾ ਜੀ ਮੰਤਰੀ ਅਤੇ ਸ਼੍ਰੀ ਗੁਰਦੀਪ ਸਿੰਘ ਧਾਲੀਵਾਲ ਜੀ ਜਿਹੜੇ ਕੈਬਨਿਟ ਮਿਨਿਸਟਰ, ਸਬ ਕਮੇਟੀ ਦੀ ਪੈਨਲ ਮੀਟਿੰਗ ਅਤੇ ਸਾਰੇ ਅਫਸਰ ਨਾਲ 22 ਤਰੀਕ ਨੂੰ ਸ਼ਾਮ ਨੂੰ 4:30 ਵਜੇ ਜਿਹੜੀ ਹੈ ਫਿਕਸ ਕਰ ਦਿੱਤੀ। ਠੀਕ ਹੈ। ਚੁਣਪ ਦੇ ਲਈ ਐਸ ਪੀ ਸਾਹਿਬ ਵੀ ਆਏ ਸੀ, ਉਹਨਾਂ ਨੂੰ ਵੀ ਅਸੀਂ ਕੀਤਾ, ਇਹਨਾਂ ਕੋਲ ਵੀ ਸਾਰੇ ਖਾਸੇ ਜਿਹੜੇ ਤੁਹਾਡੇ ਕੋਲ ਰੱਖੇ ਨੇ, ਇਹਨਾਂ ਨੂੰ ਕਿਹਾ ਪਹਿਲਾਂ ਕਿ ਤੁਹਾਡੀ ਮੀਟਿੰਗ ਦੁਆਰੇ ਤੀਜੀ ਵਾਰੀ ਲੈ ਕੇ ਅਸੀਂ ਇਹ ਮੁਲਾਜ਼ਮ ਜਾਣਗੇ। ਇਸ ਕਰਕੇ ਕਿੰਨੀ ਵਾਰੀ ਤੁਸੀਂ ਇਹ ਇਸ ਗੱਲ ਦਾ ਬਿਲਕੁਲ ਇਹ ਵਿਸ਼ਵਾਸ ਤੁੜਾਉਣਾ ਪੰਜਾਬ ਦਾ, ਇਹ ਹੁਣ ਪ੍ਰਸ਼ਾਸਨ 'ਤੇ ਰਹੂਗਾ, ਇਹ ਉਹ ਸਾਰੀਆਂ ਗੱਲਾਂ ਇਹਨਾਂ ਦੇ ਨਾਲ ਕੀਤੀਆਂ ਆਪਾਂ ਨੇ। ਉਹਨਾਂ ਨੇ ਲੈਟਰ ਵੀ ਸਾਨੂੰ ਦਿਖਾਇਆ, ਪਰ ਅਸੀਂ ਇਹਨਾਂ ਸਾਹਮਣੇ ਸਪਸ਼ਟ ਰੂਪ 'ਚ ਕਿਹਾ ਕਿ ਸੰਗਰੂਰ 'ਚੋਂ ਜਦੋਂ ਮੀਟਿੰਗ ਲੈ ਕੇ ਅਸੀਂ ਗੱਲਬਾਤ ਦੇ ਹਾਮੀ ਆ, ਮੀਟਿੰਗਾਂ ਦੇ ਵਿੱਚੋਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੀ ਆ ਤੁਹਾਡੇ ਕੋਲ ਕਹਿਣ ਨੂੰ, ਪਰ ਜਦੋਂ ਜਾਂਦੇ ਹਾਂ ਪਤਾ ਲੱਗਦਾ ਕਿ ਮੰਤਰੀ ਸਾਹਿਬ ਦਾ ਅੱਜ ਹੈ ਨਹੀਂ, ਪਤਾ ਲੱਗਦਾ ਕਿ ਮੀਟਿੰਗ ਹੈ ਨਹੀਂ, ਅਤੇ ਸਾਨੂੰ ਭਰੋਸਾ ਨਹੀਂ ਕਿ ਇਸ ਲੈਟਰ 'ਤੇ ਹੋਣਗੀਆਂ ਕਿ ਨਹੀਂ ਹੋਣਗੀਆਂ, ਪਰ ਉਹਨਾਂ ਨੇ ਯਕੀਨ ਦਵਾਇਆ, ਮੰਤਰੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਦੇ ਹੋਰ ਆਫਿਸ ਦੇ ਵਿੱਚ ਗੱਲ ਕਰਕੇ ਕਿ ਤੁਹਾਡੀ ਮੀਟਿੰਗ ਲਾਜ਼ਮੀ ਹੋਣੀ ਹੋਣੀ ਆ। ਇਸ ਕਰਕੇ ਅਸੀਂ ਦੁਬਾਰੇ ਫਿਰ ਕਹਿਣ ਆਇਆ ਕਿ ਅਸੀਂ ਆਪਦਾ ਮੋਰਚਾ ਲਾ ਕੇ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਸਭ ਤੋਂ ਪ੍ਰਮੁੱਖ ਮੁੱਦੇ ਵਜੋਂ ਪੰਜਾਬ ਦੇ ਵਿੱਚ ਅੱਜ ਸਥਾਪਿਤ ਕਰਕੇ ਲੜਾਈ ਅਗਲੇ ਪੜਾਅ ਦੇ ਵਿੱਚ ਸ਼ਾਮਿਲ ਕੀਤੀ ਹੈ। ਜਿਹੜਾ ਤੁਸੀਂ ਪ੍ਰਪੋਜ਼ਲ ਲੈ ਕੇ ਆਏ ਹੋ ਦਿਓ, ਕਰਾਂਗੇ, ਸੁਣਾਂਗੇ, ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੋਰਚੇ ਦੀ ਗੱਲ ਆਪਦੇ ਘਰੋਂ ਘਰ ਲੈ ਕੇ ਜਾਈਏ। ਇੱਦੋਂ ਵੱਡੀਆਂ ਲੜਾਈਆਂ ਅੱਜ ਤੋਂ ਬਾਅਦ ਇਸ 3 ਦਿਨਾਂ ਮੋਰਚੇ ਦੇ ਵਿੱਚ ਬਾਅਦ ਸ਼ਾਮਿਲ ਹੋਣ ਜਾ ਰਹੀਆਂ ਨੇ, ਤਕੜੇ ਹੋ ਕੇ ਉਹਦੀ ਤਿਆਰੀ ਕਰੀਏ। ਇਸੇ ਤਰ੍ਹਾਂ ਇੱਕ ਗੱਲ ਜਿਹੜੀ ਮੈਂ ਕਹਿਣੀ ਰਹਿ ਗਈ, ਇਸ ਮੋਰਚੇ ਦੀ ਤਾਂ ਇੱਕੋ ਹੀ ਮੰਗ ਸੀ, ਸਿਰਫ ਪੁਰਾਣੀ ਪੈਨਸ਼ਨ, ਪਰ ਸਾਡੇ ਤੋਂ ਵੀ ਵੱਧ ਲਤਾੜੇ ਹੋਏ ਲੋਕ ਜਿਹੜੇ ਹਜੇ ਤਨਖਾਹਾਂ ਤੱਕ ਵੀ ਨਹੀਂ ਆਪਣੇ, ਆਊਟਸੋਰਸ ਮੁਲਾਜ਼ਮ, ਕੱਚੇ ਆਸ਼ਾ ਵਰਕਰਾਂ, ਉਹ ਮਿਡ ਡੇ ਮੀਲ, ਉਹ ਜੰਗਲਾਤ ਦੇ ਕੰਮ ਹੈ, ਉਹ ਆਂਗਨਵਾੜੀ ਵਰਕਰਾਂ, ਉਹ ਜਿੰਨੇ ਸਾਰੇ ਇਸ ਤਰ੍ਹਾਂ ਦੇ ਜਿਨ੍ਹਾਂ ਦੀਆਂ ਡਿਮਾਂਡ ਹਜੇ ਕਿਤੇ ਦੂਰ ਦੀਆਂ ਪਈਆਂ ਨੇ, ਉਹਨਾਂ ਦੇ ਘਰ ਦੇ ਚੁੱਲ੍ਹੇ ਕਿਵੇਂ ਬਲਦੇ ਨੇ ਉਹੀ ਬੀਬੀਆਂ ਜਾਣਦੀਆਂ ਨੇ। ਉਸੇ ਤਰ੍ਹਾਂ ਰੈਗੂਲਰ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ, ACP ਦੀਆਂ ਹੋਣ, ਭੱਤਿਆਂ ਦੀਆਂ ਹੋਣ, ਉਹ ਸਾਰੀਆਂ ਮੰਗਾਂ ਹਜੇ ਜਿਉਂਦੀਆਂ ਤਿਉਂ ਖੜੀਆਂ ਨੇ। ਇਸ ਕਰਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦਾ ਅਹਿਮ ਹਿੱਸਾ ਹੈ, ਅਤੇ ਉਹਦੇ ਵੱਲੋਂ ਇਹ ਸਾਰੇ ਮੁਲਾਜ਼ਮਾਂ ਨੂੰ ਲੈ ਕੇ ਇੱਕ ਵੱਡਾ ਉੱਦਮ ਪੰਜਾਬ ਦੇ ਵਿੱਚ, ਉਹ 27 ਤਰੀਕ ਨੂੰ ਰੈਲੀ ਜਿਹੜੀ ਹੈਗੀ ਹੈ ਜਲੰਧਰ ਉਲੀਕੀ ਹੋਈ ਹੈ। ਇਸ ਕਰਕੇ ਤੁਹਾਨੂੰ ਸਾਰੇ ਸਾਥੀਆਂ ਨੂੰ ਉਸ ਰੈਲੀ ਦਾ ਸੁਨੇਹਾ ਵੀ ਆਪਦੇ ਘਰ ਨਾਲ ਲੈ ਕੇ ਜਾਣ ਦਾ ਸੱਦਾ ਹੈ। ਇਸ ਕਰਕੇ ਹੁਣ ਪ੍ਰਸ਼ਾਸਨ ਨੂੰ ਉਹ ਕੀ ਗੱਲਬਾਤ ਹੈ, ਸਾਡੇ ਨਾਲ ਜਿਨ੍ਹਾਂ ਦੀ ਗੱਲ ਚੱਲ ਰਹੀ ਸੀ, SDM ਸਾਹਿਬ ਆਏ ਸੀ ਜਾਂ ਕੌਣ ਸੀ, ਉਹਨਾਂ ਨੂੰ ਹੈਗੀ ਹੈ ਕਿ ਉਹ ਆ ਕੇ ਆਪਣੀ ਗੱਲ ਰੱਖਣ। ਧੰਨਵਾਦ ਜੀ, ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।